ਈ ਹਾਲ ਚਾਲ ਆ ਗਏ ਕੈਨੇਡਾ ਵਾਲੇ ਵਲੌਗਸ ਦੇ ਨਾਲ ਸਮਝ ਨਹੀਂ ਆਉਂਦੀ ਜਿਹੜਾ ਆਇਆ ਚਲੋ ਕੈਨੇਡਾ ਜਿਹੜਾ ਆਇਆ ਚਲੋ ਕੈਨੇਡਾ ਇੰਨੇ ਤਾਂ ਬਾਦਲਾਂ ਨੇ ਸਾਈਕਲ ਨਹੀਂ ਵੰਡੇ ਜਿੰਨੇ ਕੈਨੇਡਾ ਦੇ ਵੀਜ਼ੇ ਵੰਡੇ ਗਏ ਆ ਆਓ ਚੱਲੀਏ ਕੈਨੇਡਾ ਵਾਲੇ ਵਲੌਗਸ ਦੇ ਨਾਲ ਮੰਚੋ ਸਤਿਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਆਰ YouTube ਚੈਨਲ ਹੋਪ ਗਾਇਸ ਤੁਸੀਂ ਸਾਰੇ ਜਣੇ ਕੈਂਟ ਹੋਵੋਗੇ ਤੇ ਨਹੀਂ ਕੈਂਟ ਸਾਨੂੰ ਟੱਟੀਆਂ ਲੱਗੀਆਂ ਹਰੀ ਗੋਲੀ ਫੜਾ ਜੋ ਆ ਕੇ ਜਾਂ ਫਿਰ ਟਿਮ ਦੀ ਕਾਫੀ जिन्हें तुसी क्वेश्चनां दे आंसर दोगे साला समझ नहीं आउंदी ये कंटेंट तां लॉन्च भी नहीं होए जिन्हां नूं तुसी नाम देते व्लॉग क्यों इन्ने वीडियो कहिंदे इहनूं गुज छड ਵਲੌਗ ਥੋੜਾ ਜਿਹਾ ਲੇਟ ਹੋ ਗਿਆ ਵਾ ਥੋੜੇ ਜਿਹਾ ਬਿਜ਼ੀ ਸਕੇਜੂਲ ਕਰਕੇ ਬਟ ਬਿਜ਼ੀ ਨੂੰ ਪਾਥੀਆਂ ਪੱਥਣ ਲੱਗ ਗਈ ਸੀ ਜਾਂ ਫਿਰ ਵੰਸ਼ੂ ਨਾਲ ਘੁੰਮਣ ਗਈ ਸੀ ਆ ਚੇਵਾਮ ਕੁਝ ਕੁਐਸਚਨਸ ਇਦਾਂ ਦੇ ਹੈਗੇ ਸੀ ਜਿਹਦੇ ਆਨਸਰਸ ਮੈਂ ਹਲੇ ਨਹੀਂ ਮਤਲਬ ਦੇਣੇ ਸੀਗੇ ਜਿਵੇਂ ਬਹੁਤ ਸਾਰੇ ਇਦਾਂ ਦੇ ਕੁਐਸਚਨ ਸੀਗੇ ਕਿ ਜਿਹਦੇ ਮੈਂ ਆਨਸਰ ਨਹੀਂ ਦਊਂਗੀ ਸੋ ਮੈਨੂੰ ਸੀ ਕਿ ਉਹਦੇ ਆਨਸਰਸ ਜਦੋਂ ਮੈਨੂੰ ਲੱਗੂਗਾ ਕਿ ਹਾਂ ਦੇਣੇ ਚਾਹੀਦੇ ਆ ਉਹ ਆਨਸਰਸ ਮੈਂ ਉਦੋਂ ਦਊਂਗੀ ਤੇ ਜਿਹੜੇ ਜਿਹੜੇ ਕੁਐਸਚਨਸ ਦੇ ਆਨਸਰਸ ਇਸ ਟਾਈਮ ਮੇਰੇ ਕੋਲ ਹੈਗੇ ਸੀ ਉਹਦੇ ਆਨਸਰਸ ਮੈਂ ਦਊਂਗੀ ਬਾਕੀ ਕੁਐਸਚਨਸ ਤੋਂ ਇਲਾਵਾ ਬੜੇ ਜਣਿਆਂ ਨੇ ਮੈਨੂੰ ਕਿਹਾ ਸੀਗਾ ਕਿ ਗੋਡ ਬਲੈਸ ਯੂ ਵਾਹਿਗੁਰੂ ਮੇਰ ਕਰਨ ਮਤਲਬ ਆਪਣੀਆਂ ਬਲੈਸਿੰਗਸ ਦਿੱਤੀਆਂ ਸੀਗੀਆਂ ਕਿ ਤੁਸੀਂ ਸਾਨੂੰ ਬਹੁਤ ਵਧੀਆ ਲੱਗਦੇ ਹੋ ਸੋ ਉਹਨਾਂ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਕੁਐਸਚਨਸ ਕਰਦੇ ਹਾਂ ਸਟਾਰਟ ਤੇ ਅੱਜ ਦੇ ਵਲੌਗ ਨਾਲ ਐਂਡ ਤੱਕ ਜੁੜੇ ਰਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਚਲੋ ਚੈਨਲ ਨੂੰ ਸਬਸਕ੍ਰਾਈਬ ਵੀ ਚਲੋ ਨਵਾਂ ਬਹੁਤ ਸਾਰੇ ਕੁਐਸਚਨ ਸੀਗੇ ਤੇ ਮੈਂ ਸ਼ਾਰਟ ਲਿਸਟ ਕਰ ਲਏ ਸੀਗੇ ਤੇ ਉਸ ਹਿਸਾਬ ਨਾਲ ਮੈਂ ਆਨਸਰ ਦੇ ਰਹੀ ਹਾਂ ਫਰਸਟ ਕੁਐਸਚਨ ਹੈ ਗਵਾ ਤੁਹਾਡੀ ਏਜ ਕਿੰਨੀ ਆ ਏਜ ਸੋ ਮੇਰੀ ਏਜ ਹੈਗੀ ਹੈ 21 ਓਏ ਹੋਏ 21 ਸਾਲ ਦੀ ਬਸ ਜੇ ਸਭ ਦੇ ਹਾਲਾਤ ਚੱਲੇ ਨੇ ਮੈਂ ਕਹਿੰਦਾ ਕਰੋਨਾ 6 ਵਾਰੀ ਆ ਕੇ ਮੁੜ ਜੇ ਤਾਂ ਵੀ ਨਹੀਂ ਤੂੰ 22 ਸਾਲ ਦੀ ਹੁੰਦੀ 21 ਸਾਲ ਦੀ ਸਾਲੇ ਨਹਾ ਕੇ ਵੱਧਦੇ ਹੋ ਕਿ ਸ਼ਰਿੰਕ ਹੁੰਨੇ ਹੋ ਸਮਝ ਨਹੀਂ ਆਉਂਦੀ 21 ਸਾਲ ਦੀ ਕੁਐਸਚਨ ਸੀ ਗਾ ਵੇਅਰ ਡੂ ਯੂ ਲਿਵ ਲਿਵ ਵੈਸੇ ਮੈਨੂੰ ਨਹੀਂ ਲੱਗਦਾ ਕਿ ਦੱਸਣ ਦੀ ਲੋੜ ਹੈ ਆਲਮੋਸਟ ਸਾਰਿਆਂ ਨੂੰ ਪਤਾ ਹੀ ਆ ਉਦਾਂ ਕੰਟਰੀ ਤਾਂ ਕੈਨੇਡਾ ਵਾ ਤੇ ਉਦਾਂ ਮੈਂ ਜੇਕਰ ਸਿਟੀ ਦੀ ਗੱਲ ਕਰੋ ਤਾਂ ਮੈਂ ਸਰੀ ਚ ਰਹਿੰਦੀ ਆ ਤੇ ਸਰੀ ਬੀਸੀ ਸਰੀ ਬੀਸੀ ਹੈ ਸਰੀ ਐਮਸੀ ਸੁਣਿਆ ਕਦੇ ਸਰੀ ਟੀਐਸ ਠਰਕੀ ਸੋਚ ਕੈਨੇਡਾ ਚ ਜੌਬ ਕੀ ਕਰਦੇ ਹੋ ਇਹ ਵੀ ਵੈਸੇ ਆਲਮੋਸਟ ਸਾਰਿਆਂ ਨੂੰ ਪਤਾ ਹੀ ਆ ਬਟ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਕੈਨੇਡਾ ਚ ਟਿਮ ਹੋਟਲਸ ਚ ਜੌਬ ਕਰਦੀ ਆ ਫਿਰ ਬਾਅਦ ਚ ਆਖੂਗੀ ਵੈਸੇ ਤਾਂ ਸਭ ਨੂੰ ਹੀ ਪਤਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦਿੰਨੀ ਆ ਕਿੰਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਹੀ ਨਾ ਜਿਹੜੇ ਤੇਰੀ ਵੀਡੀਓ ਨਹੀਂ ਵੇਖਦੇ ਉਹਨਾਂ ਨੂੰ ਤਾਂ ਫਿਰ ਹੁਣ ਵੀ ਨਹੀਂ ਪਤਾ ਕਿਉਂਕਿ ਹੁਣ ਕਿਹੜਾ ਤੇਰੀ ਵੀਡੀਓ ਵੇਖਦੇ ਆ ਸਾਇੰਟਿਸਟ ਲੈਵਲ ਦਾ ਫੁੱਦੂ ਦਿਮਾਗ ਯਾਰ ਜਦੋਂ ਕੁਐਸਚਨ ਪੜ੍ਹ ਹੀ ਲਿਆ ਉਹਦਾ ਆਨਸਰ ਦੇ ਦਿਓ ਨਹੀਂ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਆ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦੇਵਾਂ ਦੱਸ ਦੇ ਕੀ ਦੱਸਣਾ ਚਾਹੁੰਦੀ ਆ ਤੂੰ What? Bro, what are you talking about, man? ਨਾ ਵੀ ਆ ਗਿਆ ਤੇ ਵੈਸੇ ਵੀ ਆਪਾਂ ਲੋਕਾਂ ਨਾਲ ਕਮਿਊਨੀਕੇਟ ਕਰਦੇ ਆ ਹਨਾ ਪਬਲਿਕ ਦੇ ਨਾਲ ਤੇ ਸਾਡੇ ਕਮਿਊਨੀਕੇਸ਼ਨ ਸਕਿੱਲਸ ਵੀ ਵਧੀਆ ਹੋ ਜਾਂਦੇ ਆ ਕਿ ਸਾਰਾ ਦਿਨ ਆਪਾਂ ਉੱਥੇ ਰਹਿੰਦੇ ਆ ਤੇ ਪਲੱਸ ਘਰ ਬੈ ਕੇ ਵੈਸੇ ਵੀ ਯਾਰ ਬਹੁਤ ਜ਼ਿਆਦਾ ਨਾ ਬੰਦਾ ਡਿਪਰੈਸਡ ਹੁੰਦਾ ਵਾ ਸੋ ਉੱਥੇ ਜਾਂਦੇ ਆ ਕਈਆਂ ਨੂੰ ਮਿਲਦੇ ਆ ਮਿਲਦੇ ਆ ਦੇਖ ਲਾ ਸ਼ਿਵਮ ਤੂੰ ਹੈਪੀ ਬਰਥਡੇ ਮਨਾਈ ਇਹਨਾਂ ਤੇ ਬਰਥਡੇ ਦੀਆਂ ਪਾਰਟੀਆਂ ਹੀ ਖਾਈ ਜਾਂਦੀ ਆ ਹੈਪੀ ਬਰਥਡੇ $1 ਮਿਨੀਮਮ ਵੇਜ ਜਿਵੇਂ ਕਿ ਜਿਹੜੇ ਤਾਂ ਇੱਥੇ ਰਹਿੰਦੇ ਆ ਉਹਨਾਂ ਨੂੰ ਪਤਾ ਹੀ ਆ ਸੋ ਅਗਰ ਜਿਨ੍ਹਾਂ ਨੂੰ ਨਹੀਂ ਪਤਾ ਅਗਰ ਆਪਾਂ $1 ਦੀ ਯਾਰ ਤੁਸੀਂ ਆਨਸਰ ਦੇਣਾ ਕਿ ਨਹੀਂ ਦੇਣਾ ਪਹਿਲਾਂ ਤਾਂ ਇਹ ਡਿਸਾਈਡ ਕਰਿਆ ਕਰੋ ਨਾਲੇ ਕੌਣ ਹੈ ਕੂਸਾ ਜਿਹੜਾ ਇਹਦੇ ਤੋਂ ਵੇਜ ਰੇਟ ਪੁੱਛੀ ਜਾਂਦਾ ਨੈਟ ਤੇ ਸਰਚ ਕਰ ਲਿਆ ਕਰ ਕੀ ਗੱਲ ਗੂਗਲ ਨਾਲ ਜ਼ਿਆਦਾ ਐਂਜਲ ਤੇ ਵਿਸ਼ਵਾਸ ਹੈ ਦੀਦੀ ਸੋ ਮਿਲ ਨਹੀਂ ਰਿਹਾ ਇਫ ਯੂ ਕੈਨ ਹੈਲਪ ਅਸ ਯਾਰ ਇਹ ਪ੍ਰੋਬਲਮ ਨਾ ਬਹੁਤ ਹੀ ਜ਼ਿਆਦਾ ਜਣਿਆਂ ਨੂੰ ਆ ਰਹੀ ਹੈ ਕਿ ਕੰਮ ਨਹੀਂ ਮਿਲਦਾ ਪਿਆ ਇੱਕ ਤਾਂ ਇੱਥੇ ਨਾ ਰਿਸੈਸ਼ਨ ਚੱਲਦੀ ਪਈ ਆ ਉਸ ਕਰਕੇ ਵੀ ਨਹੀਂ ਕੰਮ ਮਿਲ ਰਿਹਾ ਹਾਇਰਿੰਗ ਵੀ ਨਹੀਂ ਹੋ ਰਹੀ ਵੈਸੇ ਮੈਂ ਟਿਕਟੋਕ ਤੇ ਇੱਕ ਵੀਡੀਓ ਪਾਈ ਸੀਗੀ ਕਿਊਬਿਕ ਵਾਲੀ ਸਾਈਡ ਹਾਇਰਿੰਗ ਹੋ ਰਹੀ ਸੀ ਟਿਮ ਹੋਟਲਸ 'ਚ ਤੇ ਉਹ ਮੈਂ ਵੀਡੀਓ ਪਾਈ ਸੀਗੀ ਕਿ ਹਾਇਰਿੰਗ ਹੋ ਰਹੀ ਹੈ ਕਿ ਸਟੂਡੈਂਟਸ ਦੀ ਹੈਲਪ ਹੋ ਜੇ ਬਟ ਸਟਿਲ ਅਗਰ ਮੈਨੂੰ ਉਹ ਨਾ ਲੱਗੂਗਾ ਕਿ ਕਿਤੇ ਹਾਇਰਿੰਗ ਹੁੰਦੀ ਪਈ ਹੈ ਜਾਂ ਮੈਨੂੰ ਪਤਾ ਲੱਗੂਗਾ ਤੇ ਡਿਸਕ੍ਰਿਪਸ਼ਨ 'ਚ ਮੈਂ ਆਪਣੀ ਇੰਸਟਾ ਦੀ ਆਈਡੀ ਦਿੱਤੀ ਹੋਈ ਹੈ ਤੇ ਤੁਸੀਂ ਉੱਥੇ ਜਾ ਕੇ ਦੇਖ ਲਓ ਮੈਂ ਸਟੋਰੀ ਪਾ ਦੂੰਗੀ ਕਿ ਇਸ ਜਗ੍ਹਾ ਤੇ ਹਾਇਰਿੰਗ ਹੋ ਰਹੀ ਹੈ ਤੁਹਾਡੀ ਹੈਲਪ ਹੋ ਜੇਗੀ ਫਿਲਹਾਲ ਮੈਨੂੰ ਨਹੀਂ ਪਤਾ ਜਿੱਥੇ ਮੈਂ ਜੌਬ ਕਰਦੀ ਹਾਂ ਅਗਰ ਉੱਥੇ ਹਾਇਰਿੰਗ ਹੁੰਦੀ ਤੇ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਸੀ ਬਟ ਉੱਥੇ ਵੀ ਹਾਇਰਿੰਗ ਨਹੀਂ ਹੋ ਰਹੀ ਸਟਾਫ ਫੁੱਲ ਆ ਸੋ ਇਸ ਕਰਕੇ ਸੌਰੀ ਸਹੀ ਗੱਲ ਹੈ ਹਾਇਰਿੰਗ ਹੀ ਨਹੀਂ ਹੋ ਰਹੀ ਹਾਇਰਿੰਗ ਦਾ ਤਾਂ ਕੰਮ ਹੀ ਬੜਾ ਔਖਾ ਹੋਇਆ ਪਿਆ ਰਿਸੈਸ਼ਨ ਚੱਲਦਾ ਪਿਆ ਨਾ ਤਾਂ ਕਰਕੇ ਹਾਇਰਿੰਗ ਨਹੀਂ ਹੋ ਰਹੀ ਫਿਰ
ਸੌਰੀ ਇਸ ਚੀਜ਼ ਵਾਸਤੇ ਬਟ ਜਦੋਂ ਵੀ ਮੈਨੂੰ ਪਤਾ ਹੋਊਗਾ ਮੈਂ ਸਟੋਰੀ ਜ਼ਰੂਰ ਪਾਉਂਗੀ। ਸੌਰੀ ਤਾਂ ਐ ਮੰਗਦੀ ਜਿਵੇਂ ਟਿਮ ਹੁਟ ਨਹੀਂ ਇਹਦਾ ਹੁੰਦਾ। ਓਹੋ ਸੌਰੀ ਗਾਇਸ ਮੈਂ ਤੁਹਾਨੂੰ ਜੋਬ ਨਹੀਂ ਦੇ ਸਕੀ। ਹਾਇਰਿੰਗ ਨਹੀਂ ਨਾ ਹੋਈ ਸੀ ਫਿਰ ਉੱਥੇ ਹਾਇਰਿੰਗ ਨਹੀਂ ਹੋਈ। ਅੱਛਾ ਤਾਂ ਕੌਣ ਆਇਆ ਇੰਡੀਆ ਤੋਂ? ਕੌਣ ਆਇਆ ਇੰਡੀਆ ਤੋਂ? ਨਰੂਲਾ ਦੀਦੀ ਨਹੀਂ 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 ਇੱਕ ਹੋਰ ਔਰ ਰੀਲਾਂ ਵਾਲਾ ਕਪਲ पता नहीं एक होर है भांगड़ा दीदी। सो गाइस मैं पहुंच गई हूं ड्यूटी फ्री दिल्ली ड्यूटी फ्री। मैं भी समझ नहीं आती इंडिया तो आया कौन है पर जेड़ा भी आया तेरे व्लॉग बनाने आया। नहीं नहीं मैं तो उधर वेली बैठी सी मैं सोचे हेल्प कर दो दीदी दे क्यों इन्हें टू मच इंपॉर्टेंट सी ना हायरिंग चाहिए सी ना क्यों इन्हें दे विच शिवम तो नहीं आया? नहीं नहीं वो तो किसी होर नू छड्डन गया। अड्डे फुद्दू थंबले लाउंदे ने एक तां छज्जी नू छड्डन गया ओही गई आ फुद्दू बनाने दे तरीके फेंज साफ दिस जांदे कौन चलिया कनेडा साला शीशियां दे पारे तो है नहीं बाकी गुल्ली डंडा खेड के मुड़ जाणगे। ਇਸ ਰਿਲੇਟਿਡ ਵੀ ਮੈਨੂੰ ਬਹੁਤ ਸਾਰੇ ਕੁਐਸਚਨਸ ਆਏ ਸੀ ਕਿ ਬ੍ਰਦਰ ਇੰਗੇਜਮੈਂਟ ਜਿਹੜੀ ਮਯੰਕ ਦੀ ਇੰਗੇਜਮੈਂਟ ਹੋਈ ਆ ਕੁਐਸਚਨਸ ਦੀ ਮਤਲਬ ਮੈਨੂੰ ਬਹੁਤ ਸਾਰਿਆਂ ਨੇ ਕੰਗ੍ਰੈਚੁਲੇਸ਼ਨਸ ਕਿਹਾ ਹਨਾ ਬਲੈਸਿੰਗਸ ਦਿੱਤੀਆਂ ਤੇ ਮੈਨੂੰ ਇੱਕ ਕੁਐਸਚਨ ਬੜੇ ਜ਼ਿਆਦਾ ਨੇ ਪੁੱਛਿਆ ਕਿ ਤੁਸੀਂ ਕੋਈ ਸਟੋਰੀ ਨਹੀਂ ਪਾਈ ਤੇ ਜਿੱਦਣ ਉਹਦਾ ਰੋਕਾ ਹੋਇਆ ਸੀਗਾ ਮੈਂ ਉਸ ਦਿਨ ਹੀ ਸਟੋਰੀ ਅਪਲੋਡ ਕੀਤੀ ਸੀਗੀ ਤੇ ਬਹੁਤ ਸਾਰੇ ਵਿਊ ਵੀ ਆਏ ਸੀ ਮੈਨੂੰ ਲੱਗਦਾ ਕਿ ਕਈਆਂ ਨੇ ਦੇਖੀ ਕਈਆਂ ਨੇ ਨਹੀਂ ਦੇਖੀ ਕਿਉਂਕਿ ਸਟੋਰੀ ਤੇ 24 ਆਵਰਸ ਬਾਅਦ ਡਿਲੀਟ ਹੋ ਜਾਂਦੀ ਹੈ ਉੱਡ ਜਾਂਦੀ ਹੈ। ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਟੋਰੀ 24 ਘੰਟੇ ਬਾਅਦ ਡਿਲੀਟ ਹੋ ਜਾਂਦੀ ਆ ਹਾਲੇ ਤਾਂ ਕਿਹੜੀ ਫੁੱਦੂ ਐਂਪਲੋਚ ਹੋਈ ਹੈ ਜਿਹੜੀ 12 ਘੰਟੇ 'ਚ ਸਟੋਰੀ ਚੱਕ ਦਿੰਦੀ ਹੈ ਕੋਈ ਵੀ ਨਹੀਂ। ਵਲੌਗ ਲੰਬਾ ਖਿੱਚਣ ਦੇ ਤਰੀਕੇ ਸੌਰੀ ਕਿਉਂ ਇਹਨੇ ਇੰਨਾ ਮਗਰ ਲਾ ਕੇ ਨਾ ਕਿਉਂ ਇਹਨੇ ਲੰਬਾ ਖਿੱਚਣ ਦੇ ਤਰੀਕੇ ਆ ਸਾਰੇ ਯਾਰ ਕਦੋਂ ਆਣਾ ਵਾਪਸ ਯਾਰ ਕੀ ਆ ਇੰਡੀਆ ਕਦੋਂ ਆਣਾ ਯਾਰ ਕੀ ਆ ਆਏ ਹਾਏ ਹਾਏ 5 ਲੱਖ ਦਾ ਨਖਰਾ ਇੰਡੀਆ ਕੀ ਕਰਨ ਆਊਗੀ ਮਸਾ ਮਸਾ ਦਾ ਵਿਚਾਰੀ ਇੱਥੇ ਆਈ ਆ 2 ਸਾਲ ਤਾਂ ਹੋ ਗਏ ਸੀਗੇ ਇਹ ਕਿਹਨੇ ਦੱਸਤਾ ਮੈਨੂੰ ਚੱਲ ਕੋਈ ਗੱਲ ਨਹੀਂ। ਹਾਊ ਡਿਡ ਯੂ ਫੀਲ ਆਫਟਰ ਕਮਿੰਗ ਟੂ ਕੈਨੇਡਾ? ਹੁਣ ਇਹਦਾ ਵੀ ਮੈਂ ਤੁਹਾਨੂੰ ਕੀ ਆਨਸਰ ਦਵਾਂ ਯਾਰ ਫੀਲ ਇਦਾਂ ਵਾ ਕਿ ਠੀਕ ਆ ਮਤਲਬ ਕੈਨੇਡਾ ਆਏ ਤੇ ਹੈਗੇ ਆ ਮਤਲਬ ਸਾਰਾ ਫੁੱਲ ਵੀਕ ਇੱਦਾਂ ਹੀ ਨਿਕਲ ਜਾਂਦਾ ਕੰਮ ਤੇ ਕਲਾਸਿਸ 'ਚ ਨਿਕਲ ਜਾਂਦਾ ਬਾਕੀ ਇੱਦਾਂ ਵਾ ਕਿ ਇੱਥੇ ਸਾਰਾ ਕੁਛ ਆਪਣਾ ਆਪ ਹੀ ਕਰਨਾ ਪੈਂਦਾ ਘਰ ਦਾ ਵੀ ਸਭ ਕੁਛ ਆਪ ਕਰਨਾ ਗਰੋਸਰੀ ਦਾ ਦੇਖਣਾ ਫਿਰ ਬੈਂਕ ਦੇ ਸਾਰੇ ਕੰਮ ਦੇਖਣੇ ਇਸ ਚੱਲ ਬੈਂਕ ਦੇ ਕੰਮ ਬੈਂਕ ਨੂੰ ਬੜਾ ਤੇਰੀ ਡੇਲੀ ਦੀ ਕਲੈਕਸ਼ਨ ਹੁੰਦੀ ਆ ਇਹ ਮਹੀਨੇ 'ਚ 1 ਜਾਂ 2 ਦਿਨ ਬੰਦਾ ਬੈਂਕ ਚੱਲ ਜੂ ਕਿ 30 ਦਾ 30 ਦਿਨ ਹੀ ਬੈਂਕ ਜਾਣਾ ਹੁੰਦਾ ਆਖੇ ਜੀ ਬੈਂਕ ਦੇ ਕੰਮ ਹੁੰਦੇ ਆ ਬੜਾ ਇੱਥੇ ਨੋਟ ਛਾਪਾ ਡਿੱਗਦੀ ਜਾ ਕੇ ਸੋ ਹਾਇਰਿੰਗ ਹੋ ਗਈ ਹੋਣੀ ਨਾ ਬੈਂਕ ਦੇ ਵਿੱਚ ਇੰਟਰਵਿਊ ਦੇਣ ਗਈ ਹੋਣੀ ਆ ਆ ਮਿੱਟੀ ਕਿੱਦਾਂ ਆ ਗਈ ਕਿ ਕੋਈ ਮਤਲਬ ਇਮੋਸ਼ਨਲੀ ਸਪੋਰਟ ਕਰਨ ਨੂੰ ਨਹੀਂ ਕੋਈ ਹੁੰਦਾ ਹਨਾ ਤੇ ਫਿਰ ਬੰਦਾ ਡਿਪਰੈਸਡ ਵੀ ਹੁੰਦਾ ਨਾ ਬੰਦੇ ਨੂੰ ਆਪਣੇ ਆਪ ਹੀ ਸਾਰੀਆਂ ਪ੍ਰੋਬਲਮਸ ਦੇ ਨਾਲ ਡੀਲ ਕਰਨਾ ਪੈਂਦਾ ਕਿਉਂਕਿ ਆਏ ਹਾਏ ਡੀਲ ਨੂੰ ਬੜਾ ਤੂੰ ਬਾਈ ਜੀ ਆਟੋ ਸੇਲ ਵਾਲੀ ਹੈ ਨਾ ਰਿਮ ਤੇ ਰਿਮ ਚੜ ਜਾਂਦੀਆਂ ਡੀਲ ਬਹੁਤ ਜਾਨੇ ਮਿਲਦੇ ਵੀ ਆ ਮੈਨੂੰ ਵੀ 3 ਮਹੀਨੇ ਚ 3 ਮੰਥ ਹੋ ਗਿਆ ਮੈਨੂੰ ਕੈਨੇਡਾ ਆਏ ਨੂੰ ਬਹੁਤ ਜਾਨੇ ਮੈਨੂੰ ਇੱਥੇ ਆ ਕੇ ਮਿਲੇ ਬਟ ਜੇ ਮੈਂ ਇਸ ਟਾਈਮ ਗੱਲ ਕਰਾਂ ਕਿ ਮੇਰੇ ਨਾਲ ਕੋਈ ਹੈ ਤੇ ਮੇਰੇ ਨਾਲ ਕੋਈ ਨਹੀਂ ਆ ਮੈਂ ਸੀਰੀਅਸਲੀ ਕਹਿ ਰਹੀ ਆ ਮੈਨੂੰ 3 ਮਹੀਨੇ ਚ ਬਹੁਤ ਜਾਨੇ ਮਿਲੇ ਆ ਜੇ ਇਕੱਲੀ ਆ ਤਾਂ ਵਲੌਗ ਕੌਣ ਬਣਾ ਰਿਹਾ ਕੁਝ ਸਾਲਾਂ ਬਾਅਦ ਗੱਪ ਮਾਰਿਆ ਚੱਲ ਵੀ ਜਾਂਦਾ ਪਰ ਕੁਝ ਸਕਿੰਟਾ ਬਾਅਦ ਇੱਕੋ ਵੀਡੀਓ 'ਚ ਗੱਪ ਮਾਰਿਆ ਨੈਵਰ ਕੋਈ ਹੈ ਤੇ ਮੇਰੇ ਨਾਲ ਕੋਈ ਨਹੀਂ ਆ ਮੈਂ ਸੀਰੀਅਸਲੀ ਕਹਿ ਰਹੀ ਆ ਮੈਨੂੰ 3 ਮਹੀਨੇ 'ਚ ਬਹੁਤ ਜਾਨੇ ਮਿਲੇ ਆ ਬਟ ਇਸ ਟਾਈਮ ਫਿਰ ਵੀ ਮੈਂ ਇਕੱਲੀ ਆ ਕਿ ਮੈਂ ਅਗਰ ਕਹਿ ਸਕਾਂ ਕਿ ਕੋਈ ਮੇਰੇ ਨਾਲ ਹੈ ਇੱਥੇ ਜਿਹਨੂੰ ਮੈਂ ਮਤਲਬ ਜਿੱਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲਾਂ ਹਨਾ ਜਾਂ ਮੈਨੂੰ ਕੋਈ ਇਮੋਸ਼ਨਲ ਸਪੋਰਟ ਆ ਇੱਥੇ ਕੋਈ ਨਹੀਂ ਆ ਸਾਰੇ ਟੈਂਪਰੇਰੀ ਆ ਆਏ ਗਏ ਇੱਥੇ ਹੀ ਕੁਛ ਆ ਸੋ ਇੱਕ ਸਿਰਫ ਮੈਨੂੰ ਜੋ ਕਮੀ ਲੱਗਦੀ ਆ ਫੈਮਿਲੀ ਦੀ ਕਮੀ ਲੱਗਦੀ ਆ ਫੈਮਿਲੀ ਦੀ ਬਹੁਤ ਯਾਦ ਆਉਂਦੀ ਆ ਬਾਕੀ ਕੈਨੇਡਾ ਠੀਕ ਆ ਰਿਸਪੋਨਸਿਬਿਲਟੀਜ਼ ਜਦੋਂ ਬੰਦੇ ਤੇ ਪੈਂਦੀਆਂ ਬੰਦਾ ਕਰ ਲੈਂਦਾ ਸਭ ਕੁਛ ਬਸ ਟਾਈਮ ਨੂੰ ਥੋੜ੍ਹਾ ਜਿਹਾ ਮੈਨੇਜ ਕਰਨਾ ਪੈਂਦਾ ਵਾ ਜਿੱਦਾਂ ਸਟੱਡੀਜ਼ ਨੂੰ ਮੈਨੇਜ ਕਰਨਾ ਜੋਬ ਮੈਨੇਜ ਕਰਨੀ ਸਭ ਕੁਛ ਹਨਾ ਟਾਈਮ ਪੁੱਛਿਆ ਕੀ ਹੈ ਤੇ ਦੱਸੀ ਕੀ ਜਾਂਦੀ ਆ ਸਾਲਾ ਇੱਕ ਕੁਐਸਚਨ ਦਾ ਆਨਸਰ ਨਹੀਂ ਵੈਬ ਸੀਰੀਜ਼ ਸੁਣਾਈ ਜਾਂਦੀ ਆ ਅਲੱਗ ਅਲੱਗ ਪਾਰਟਾਂ 'ਚ ਆਰ ਯੂ ਮਿਸਿੰਗ ਸ਼ਿਵਮ ਵੈਹੀ ਕੁਐਸਚਨ ਇਹ ਵੀ ਬਹੁਤ ਜਣਾਂ ਨੇ ਕੁਐਸਚਨ ਪੁੱਛਿਆ ਕਿ ਸ਼ਿਵਮ ਤੋਂ ਬਿਨਾਂ ਤੁਹਾਨੂੰ ਕਿੱਦਾਂ ਦਾ ਲੱਗਦਾ ਆਰ ਯੂ ਮਿਸਿੰਗ ਸ਼ਿਵਮ ਇਦਾਂ ਉਦਾਂ ਤੇ ਯਾਰ ਮੈਨਾਂ ਮਤਲਬ ਮਿਸ ਹੁਣ ਮੇਰੇ ਕੋ ਕੋਈ ਵਰਡਸ ਹੀ ਨਹੀਂ ਆ ਆਹੋ ਵਰਡਸ ਨੂੰ ਬੜਾ ਸਾਰੇ ਗਾਮਾ ਪਾ ਚੱਲੀ ਜਾਂਦਾ ਨਾ ਹਾਂ ਜਾਂ ਨਾ ਚ ਵੀ ਆਨਸਰ ਦੇ ਸਕਦੀਆਂ ਨਹੀਂ ਲੰਬਾ ਖਿੱਚਣਾ ਕਿਉਂ ਬੰਨੇ ਤਰ ਕੀ ਆ
ਕਿ ਮੇਰੇ ਕੋ ਕੋਈ ਵਰਡਸ ਹੀ ਨਹੀਂ ਹੈ ਕਿ ਬੰਦਾ ਕਿੰਨਾ ਮਿਸ ਕਰਦਾ ਵਾ ਹਨਾ, ਉਹ ਵੀ ਆਪਣੇ ਲਾਈਫ ਪਾਰਟਨਰ ਨੂੰ, ਲਾਈਫ ਪਾਰਟਨਰ ਦੀ ਤੇ ਕਿੰਨੀ ਜ਼ਿਆਦਾ ਸਪੋਰਟ ਹੁੰਦੀ ਆ ਹਨਾ, ਤੇ ਮੇਰੇ ਕੋ ਕੁਛ ਵਰਡਸ ਹੀ ਨਹੀਂ ਹੈਗੇ ਮੈਂ ਤੁਹਾਨੂੰ ਮਤਲਬ ਕਿੱਦਾਂ ਮੈਂ ਹਨਾ ਦੱਸਾਂ ਕਿ ਮੈਂ ਕਿੰਨਾ ਕੁ ਮਿਸ ਕਰਦੀ ਹਾਂ, ਹੈ ਹੀ ਨਹੀਂ ਵਰਡਸ ਫਿਰ ਕੀ ਬੋਲਣਾ, ਬਸ ਬਹੁਤ ਜ਼ਿਆਦਾ ਇਹੀ ਕਹਿ ਸਕਦੀ ਹਾਂ। ਜ਼ਿਆਦਾ ਮਤਲਬ ਮੈਂ ਨਾ ਇਸ ਟੋਪਿਕ ਤੇ ਕਰਦੀ ਨਹੀਂ ਹਾਂ ਗੱਲ ਕਿਉਂਕਿ ਮੈਂ ਮਤਲਬ ਇਮੋਸ਼ਨਲੀ ਥੋੜੀ ਵੀਕ ਹਾਂ, ਤੇ ਮੈਂ ਔਖੀ ਹੁੰਦੀ ਹੈ ਜਾਂ ਨਹੀਂ? ਨਹੀਂ, ਸਾਰਿਆਂ ਨੇ ਪਤਾ ਨਾਨ ਮੈਡੀਕਲ ਸਭ ਤੋਂ ਔਖੀ ਹੈ ਤੇ ਆਰਟਸ ਸਭ ਤੋਂ ਸੌਖੀ ਹੈ। ਕਿਸੇ ਨੇ ਆਖਿਆ ਕਿ ਨਾਨ ਮੈਡੀਕਲ ਬਹੁਤ ਸੌਖੀ ਤੇ ਆਰਟਸ ਸਭ ਤੋਂ ਔਖੀ ਹੈ? ਭਾਂ ਚੁੱਪ, ਜਿਹੜੀ ਚੀਜ਼ ਬਾਰੇ ਮੈਨੂੰ ਨਹੀਂ ਪਤਾ ਮੈਂ ਐਵੇਂ ਗਲਤ ਨਹੀਂ ਨੌਲੇਜ ਦੇਣਾ ਚਾਹੁੰਦੀ, ਜੋ ਮੈਨੂੰ ਪੁੱਛਿਆ ਮੈਂ ਤੁਹਾਨੂੰ ਦੱਸ ਦਿੱਤਾ, ਕੋਰਸ ਪੁੱਛਿਆ ਤੇ ਯੂਨੀਵਰਸਿਟੀ ਪੁੱਛੀ। ਕਿਸੇ ਨੇ ਪੁੱਛਿਆ? ਨਹੀਂ, ਮੈਂ ਕਹਿੰਦਾ ਹਾਇਰਿੰਗ ਵਾਲਾ ਕੰਮ ਕਰ ਲੈ ਜ਼ਿਆਦਾ ਵਧੀਆ, ਇਦੂ ਜਿਹੜਾ ਕੁਐਸਚਨ ਪੁੱਛਿਆ ਉਹਦਾ ਆਨਸਰ ਤਾਂ ਇੰਨਾ ਕੁ ਹੁੰਦਾ। ਇੰਨੀ ਲੰਬੀ ਆਪਦੀ ਸਟੋਰੀ ਹੁੰਦੀ ਆ। ਦਿਸ ਇਜ਼ ਕਾਲਡ Q&A ਵੀਡੀਓ, ਸਾਲਾ ਪੋਡਕਾਸਟ ਕੀ ਚੱਲੀ ਜਾਂਦਾ। ਪਲੱਸ ਟੂ ਕਰਕੇ ਬਾਹਰ ਜਾਈਏ ਜਾਂ ਕੋਈ ਡਿਪਲੋਮੇ ਤੋਂ ਬਾਅਦ, ਯਾਰ ਇਹ ਹੁਣ ਡਿਪੈਂਡ ਕਰਦਾ ਹਨਾ ਆਪਣੇ ਆਪਣੇ ਆਪਣਾ ਆਪਣਾ ਓਪੀਨੀਅਨ ਆ। ਕਈ ਤਾਂ ਸੋਚਦੇ ਆ ਕਿ ਪਲੱਸ ਟੂ ਕਰਕੇ ਚਲ ਜਾਂਦੇ, ਕਿਉਂਕਿ ਪਲੱਸ ਟੂ ਕਰਕੇ ਨਾ ਬੈਂਡ ਵੀ ਘੱਟ ਚਾਹੀਦੇ ਹੁੰਦੇ ਕਿ ਅਗਰ ਸਾਡੇ 6 ਵੀ ਆ ਜਾਣ ਤੇ ਗੁਜ਼ਾਰਾ ਹੋ ਜਾਂਦਾ। ਗੁਜ਼ਾਰਾ ਗੁਜ਼ਾਰਾ ਤਾਂ ਠੀਕ ਆ, ਪਰ ਇੱਕ ਗੱਲ ਦੱਸੋ, ਤੁਸੀਂ ਟਿਮ ਤੇ ਕੰਮ ਕਰਦੇ ਹੋ, ਤੁਹਾਨੂੰ ਉੱਥੇ ਹਾਇਰਿੰਗ ਤਾਂ ਵਧੀਆ ਹੋ ਗਈ ਸੀ ਤਾਂ ਹੀ ਤੁਹਾਨੂੰ ਜੋਬ ਮਿਲ ਗਈ, ਕਿੱਦਾਂ ਡੀਲ ਠੀਕ ਆ? ਨਹੀਂ ਨਹੀਂ ਗੁਜ਼ਾਰਾ ਤਾਂ ਬੜਾ ਔਖਾ ਹੁੰਦਾ, ਜਿਹੜੇ ਜਿਹੜੇ ਵਰਡ ਸੁਣ ਲਏ ਉਹੀ ਬੋਲ ਲੈਂਦੇ ਇੰਗਲਿਸ਼ 'ਚ, ਬਾਕੀ ਆਪਦਾ ਪਿੰਡ ਕਿੱਥੋਂ ਛੱਡਿਆ ਜਾਂਦਾ? ਫਿਰ ਆਖਣਗੇ ਨਹੀਂ ਨਹੀਂ ਸਾਨੂੰ ਤਾਂ ਪਿੰਡ ਨੇ ਪਿਆਰ ਹੀ ਬੜਾ, ਝੂਠ ਨਾ ਮਾਰਿਆ ਕਰੋ, ਬੋਲੇ ਨਹੀਂ ਜਾਂਦੇ ਤੁਹਾਡੇ ਕੋਲੋਂ। ਬੜਾ ਕੁਛ ਨੀ ਬੋਲਣਾ ਚਾਹੁੰਦੀ, ਬਸ ਮੈਂ ਇੱਕੋ ਲਾਈਨ ਬੋਲਣਾ ਚਾਹੁੰਦੀ ਆ ਕਿ ਤੁਸੀਂ ਸਾਨੂੰ ਰੱਜ ਕੇ ਜਲੀਲ ਕੀਤਾ ਤੇ ਆਪਾਂ ਮਾਸਾ ਫੀਲ ਕਰੀ ਵੀ ਨਾ, ਫਾਇਦਾ ਨੀ ਫੀਲ ਕਰੇਦਾ, ਕੀ ਫਾਇਦਾ ਮੈਂ ਕੰਟਰੋਵਰਸੀ ਦੀਆਂ, ਬਾਬਾ ਵੀ ਕੁੱਤੇ ਪਕਾਈ ਮਾਰਦਾ ਹੀ ਆ, ਫਿਰ ਵੀ ਨਹੀਂ ਵਲੌਗ ਚੱਲਦੇ। ਮੇਕਅਪ ਕਲੈਕਸ਼ਨ ਵਲੌਗ, ਮੇਕਅਪ ਕਲੈਕਸ਼ਨ ਦਾ ਵਲੌਗ ਵੀ ਹੁਣ ਆਊਗਾ, ਮੈਨੂੰ ਦੱਸ ਦਿਆ ਕਰੋ ਕਿ ਕਿਹੜੇ ਕਿਹੜੇ ਵਲੌਗ ਮੈਂ ਬਣਾਵਾਂ, ਮੈਨੂੰ ਕਦੀ ਕਦੀ ਸਮਝ ਨਹੀਂ ਆਉਂਦਾ ਕਿ ਮੈਂ ਕਿਹੜਾ ਵਲੌਗ ਬਣਾਵਾਂ। ਆਹੋ ਹੁਣ ਕੰਟੈਂਟ ਵੀ ਲੋਕ ਦੱਸਣਗੇ ਕੀ ਬਣਾਉਣਾ ਤੇ ਕੀ ਨਹੀਂ, ਜੇ ਸਾਰਾ ਕੁਝ ਲੋਕ ਦੱਸੀ ਜਾਣ ਤੁਸੀਂ ਜ਼ਿੰਦਗੀ 'ਚ ਕੀ ਕਰਨਾ? ਹਾਇਰਿੰਗ ਕਰਾ ਦਾਂ ਗਾਇਸ। ਅੱਜ ਲਈ ਨੇਰ ਵੀ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ, ਤੇ ਆ ਠੀਕ ਆ ਵਲੌਗ ਪਾਉਣੇ ਪਰ ਇੰਨੇ ਵੀ ਨਹੀਂ ਛੁੰਨੂ ਵਲੌਗ ਪਾਉਣੇ ਕਿ ਤੁਹਾਨੂੰ ਵੇਖ ਕੇ ਹੋਰ ਵੀ ਮਗਰ ਲੱਗਦੇ ਆ। ਹਾਂਜੀ ਗਾਇਸ, ਇਹ ਮੇਰਾ ਡੈਡੀ ਸੀ, ਸ਼ਿਵਮ ਦਾ ਤਾਂ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਆਹ ਮੇਰਾ ਡੈਡੀ ਸੀ। ਗਾਇਸ ਹਾਇਰਿੰਗ ਹੋ ਰਹੀ ਹੈ, ਇੱਕ ਮਿੰਟ ਰੁਕੋ, ਆ ਗਈ।